ਨਹੀਂ ਅਸੀਂ ਉਹਨੂੰ ਡੰਡੇ ਲੈ ਲੈ ਕੇ ਕੁੱਟ ਕੇ ਭਜਾਉਂਗੇ ਪਿੰਡਾਂ ਵਿੱਚ ਜੋਧੇ ਆ ਜਿਹੜੇ ਉਰੇ ਆਏ ਵੇ ਅੱਜ ਠੀਕ ਹੈ ਜੀ ਜਿਹੜੇ ਪਾਟ ਕੇ ਉਧਰੋਂ ਤੱਕ ਗਏ ਆ ਉਹ ਚਮਚੇ ਆ ਸਾਰੇ ਹੀ ਉਹ ਚਮਚੇ ਬੈਠ ਕੇ ਜਾ ਕੇ ਗੋਦੀਆਂ 'ਚ ਉਹਨੇ ਪੈਰੀ ਹੱਥ ਲਾਉਣੇ ਨਾਲੋਂ ਅਸੀਂ ਲੜ ਕੇ ਮਰਨਾ ਪਸੰਦ ਜ਼ਿਆਦਾ ਕਰਦੇ ਅਸੀਂ ਇਹਨਾਂ ਦੇ ਅੱਗੇ ਨਾ ਝੁਕੂਗੇ ਨਾ ਝੁਕੇ ਆ ਕਿਹੜੇ ਅਸੀਂ ਮਰਨਾ ਪਸੰਦ ਕਰੂੰਗੇ ਪਰ ਇਹਨਾਂ ਦੇ ਅੱਗੇ ਨਾ ਝੁਕੂਗੇ ਧਰਨਾ ਲਾਇਆ ਜੀ ਮੋਦੀ ਦੇ ਤਿੰਨ ਬਿੱਲਾਂ ਦੇ ਖਿਲਾਫ ਠੀਕ ਹੈ ਜੀ ਜਿਹੜੇ ਕਿਸਾਨ ਵਿਰੋਧੀ ਆ ਪੰਜਾਬ ਦੀ ਧਰਤੀ ਨੂੰ ਬੜੇ ਜਿਹੜੇ ਹੋਰ ਘਰਾਣੇ ਆ ਅਮੀਰ ਆ ਉਹਨਾਂ ਨੂੰ ਦੇਣਾ ਚਾਹੁੰਦੀ ਆ ਹੌਲੀ ਹੌਲੀ ਕਰਕੇ ਦਿੱਤਾ ਬਈ ਇਹ ਥੋੜ੍ਹਾ ਬਹੁਤਾ ਰਹਿ ਗਿਆ ਉਹ ਵੀ ਦੇਣ ਨੂੰ ਤਿਆਰ ਹੈ ਅਤੇ ਅਕਾਲੀ ਕਾਂਗਰਸ ਵੀ ਸਾਰੇ ਇਹਨਾਂ ਦੇ ਨਾਲ ਰਲੇ ਹੋਏ ਆ ਜਿਨ੍ਹਾਂ ਨੇ ਸਾਡਾ ਮਿਸ਼ਨ ਚੰਡੀਗੜ੍ਹ ਵਾਲਾ ਫੇਲ ਕਰਿਆ ਇਹਨਾਂ ਨੇ ਕਿਸਾਨਾਂ ਨੂੰ ਪਾੜ ਕੇ ਆਪਣੀ ਆਪਣੀ ਜਗ੍ਹਾ ਬਿਠਾ ਲਿਆ ਠੀਕ ਹੈ ਜੀ ਜਿਹੜੇ ਅੱਜ ਉਰੇ ਖੜੇ ਆ ਇਹ ਕਿਸਾਨਾਂ ਦੇ ਅਸਲੀ ਹੱਕਦਾਰ ਹੈ ਵਾਰਸ ਹੈ ਯੋਧੇ ਆ ਜਿਹੜੇ ਉਰੇ ਆਏ ਵੇ ਅੱਜ ਠੀਕ ਹੈ ਜੀ ਜਿਹੜੇ ਪਾਟ ਕੇ ਉਧਰੋਂ ਤੱਕ ਗਏ ਆ ਉਹ ਚਮਚੇ ਆ ਸਾਰੇ ਹੀ ਉਹ ਚਮਚੇ ਬੈਠ ਕੇ ਜਾ ਕੇ ਗੋਦੀਆਂ 'ਚ ਹੋਰ ਕੁਛ ਨਹੀਂ ਹੈ ਠੀਕ ਹੈ ਜੀ ਡਿਮਾਂਡ ਜਾਤੇ ਬਿੱਲ ਵਾਪਸ ਨਹੀਂ ਹੁੰਦੇ ਪੰਜਾਬ ਦਾ ਕਿਸਾਨ ਮਰੂਗਾ ਵੀ ਮਾਰੂਗਾ ਵੀ ਚਾਹੇ ਕੁਛ ਵੀ ਕਰਨਾ ਪੈ ਜਾਵੇ ਜਿੰਨਾ ਟਾਈਮ ਨਹੀਂ ਵਾਪਸ ਹੁੰਦਾ ਸਾਡੇ ਕਿਸਾਨ ਜਦ ਤੱਕ ਕਿਸਾਨ ਜਥੇਬੰਦੀ ਸਾਨੂੰ ਜੋ ਹੁਕਮ ਕਰਨਗੇ ਉਹਦੇ ਨਾਲ ਆ ਇਹਨਾਂ ਦੇ ਪੈਰੀ ਹੱਥ ਲਾਉਣੇ ਨਾਲੋਂ ਅਸੀਂ ਲੜ ਕੇ ਮਰਨਾ ਪਸੰਦ ਜ਼ਿਆਦਾ ਕਰੂੰਗੇ ਅਸੀਂ ਇਹਨਾਂ ਦੇ ਅੱਗੇ ਨਾ ਝੁਕੂਗੇ ਨਾ ਝੁਕੇ ਆ ਕਦੇ ਅਸੀਂ ਮਰਨਾ ਪਸੰਦ ਕਰੂੰਗੇ ਪਰ ਇਹਨਾਂ ਦੇ ਅੱਗੇ ਨਾ ਝੁਕੂਗੇ ਅਸੀਂ ਇਹਨੂੰ ਮੋਦੀ ਨੂੰ ਅਸੀਂ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਵੀ ਕਹਿੰਦੇ ਹਾਂ ਕਿ ਪਿੰਡਾਂ ਵਿੱਚ ਵੋਟਾਂ ਮੰਗਣ ਤਾਂ ਆਇਓ ਜੇ ਸਾਡੇ ਨਾਲ ਖੜੂਗੇ ਨਹੀਂ ਅਸੀਂ ਇਹਨਾਂ ਨੂੰ ਡੰਡੇ ਲੈ ਲੈ ਕੇ ਕੁੱਟ ਕੇ ਭਜਾਉਂਗੇ ਪਿੰਡਾਂ ਵਿੱਚ ਸਰਕਾਰ ਹੈ ਕੋਈ ਸਰਕਾਰ ਸਾਡੇ ਨਾਲ ਨਹੀਂ ਅਸੀਂ ਕਿਸੇ ਸਰਕਾਰ ਦੇ ਨਾਲ ਸਮਰਥਨ ਕਰਦੇ ਅਸੀਂ ਸਿਰਫ ਆਪਣੇ ਹੱਕਾਂ ਦੇ ਵਾਸਤੇ ਕਿਸਾਨ ਲੜ ਰਹੇ ਹਾਂ ਠੀਕ ਹੈ ਸਾਨੂੰ ਨਾ ਬੀਜੇਪੀ ਦਾ ਸਾਥ ਹੈ ਬੀਜੇਪੀ ਦਾ ਸਾਥ ਤਾਂ ਉਲਟ ਹੈ ਹੀ ਹੈ ਨਾ ਸਾਨੂੰ ਕਾਂਗਰਸ ਦਾ ਸਾਥ ਹੈ ਅਕਾਲੀਆਂ ਨੇ ਤਾਂ ਉਹਨਾਂ ਨੂੰ ਸਮਰਥਨ ਦਿੱਤਾ ਬਈ ਹੈ ਇਹ ਤਾਂ ਲੁੱਟਣ ਪੈਰਾਂ ਤੋਂ ਹੀ ਲੱਗੇ ਹੋਏ ਹੁਣ ਦੁਬਾਰਾ ਸਾਨੂੰ ਹੰਝੂ ਮਗਰ ਮੱਛਾਂ ਵਾਲੇ ਹੰਝੂ ਫੇਰ ਕੇ ਡਰਾ ਰਹੇ ਫੇਰ ਦਿਖਾ ਰਹੇ ਹਾਂ ਵੀ ਅਸੀਂ ਤੁਹਾਡੇ ਨਾਲ ਹੈ ਸਾਨੂੰ ਇਹਨਾਂ ਦੀ ਕੋਈ ਹਮਦਰਦੀ ਨਹੀਂ ਚਾਹੀਦੀ ਹੁਣ ਇਹ ਆਪਣਾ ਕੰਮ ਕਰ ਆਪਣੇ ਰਸਤੇ ਪਾ ਬਸ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਸਾਡੇ ਪਿੰਡਾਂ 'ਚ ਵੋਟਾਂ ਮੰਗਣ ਤਾਂ ਆਮ ਹੈ ਜੇ ਸਾਡੇ ਨਾਲ ਖੜਦੇ ਅੰਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਆਰਡੀਨੈਂਸ ਲਿਆਂਦੇ ਇਹ ਕਿਸਾਨੀ ਲਈ ਫੰਦਾ ਹੈ ਇਹਦੇ ਨਾਲ ਕਿਸਾਨੀ ਸਾਡੀ ਭਾਰਤ ਦੀ ਨਹੀਂ ਬਚਣੀ ਜਿਹੜੀ ਕਿਸਾਨੀ ਸਾਡੀ ਪੁਸ਼ਤਾਦਰ ਸਾਡੇ ਪਿਓ ਦਾਦੇ ਦੇ ਚੱਲਦੀ ਆਉਂਦੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਹੋਰਾਂ ਦੇ ਟਾਈਮ 'ਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਸਮੇਂ 'ਤੇ ਚੱਲਦੀ ਆਉਂਦੀ ਹੈ ਅੱਜ ਮੋਦੀ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਹੱਥਾਂ ਦੇ ਵਿੱਚ ਰੋਟੀ ਦਾ ਡੱਬਾ ਫੜਾਉਣ ਜਾ ਰਿਹਾ ਸਾਡੀ ਖੇਤੀ ਦੇ ਸਾਡੀਆਂ ਹੱਕਾਂ 'ਤੇ ਮੋਦੀ ਦੀਵੇ ਬਾਲ ਰਿਹਾ ਅੱਜ ਪਰ ਪੰਜਾਬ ਦਾ ਕਿਸਾਨ ਮੇਰੇ ਭਾਰਤ ਦਾ ਕਿਸਾਨ ਦੇਸ਼ ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਕੇ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਉਹ ਲਾਜ਼ਮਨ ਤੌਰ 'ਤੇ ਮੋਦੀ ਦੇ ਤਿੰਨ ਜਿਹੜੇ ਆਰਡੀਨੈਂਸ ਹੈ ਇੱਕ ਦੇਸ਼ ਇੱਕ ਮੁਲਕ ਮੰਡੀ ਦਾ ਨਾਰਾ ਕਦੀ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਇਹ ਮੈਨੂੰ ਕਿਸਾਨਾਂ ਦੇ ਪੰਜਾਬ ਦੇ ਭਾਰਤ ਦੇ ਲੋਕਾਂ 'ਤੇ ਮਾਣ ਹੈ ਇਹ ਜਦੋਂ ਤੱਕ ਆਰਡੀਨੈਂਸ 'ਤੇ ਮੋਦੀ ਦੀ ਸਰਕਾਰ ਲੀਕ ਨਹੀਂ ਫੇਰ ਦਿੰਦੀ ਉਦੋਂ ਤੱਕ ਇਹ ਸਾਡਾ ਸੰਘਰਸ਼ ਜਾਰੀ ਰਹੂਗਾ ਕਿਸਾਨਾਂ ਦੀ ਸਾਨੂੰ ਦਿੱਕਤ ਇਹ ਹੈ ਕਿ ਸਰਕਾਰੀ ਖਰੀਦ ਬੰਦ ਹੋ ਗਈ ਸਾਨੂੰ ਦਿੱਕਤ ਇਹ ਹੈ ਕਿ ਸਾਡੀਆਂ ਫਸਲਾਂ ਦੇ ਸਹੀ ਬੰਦ ਭਾਅ ਨਹੀਂ ਮਿਲਣੇ ਸਾਨੂੰ ਦਿੱਕਤ ਹੈ ਕਿ ਜ਼ਮੀਨਾਂ ਦੇ ਸੌਦੇ ਕਾਰਪੋਰੇਟ ਘਰਾਂ ਨਾਲ ਕੀਤੇ ਜਾ ਰਹੇ ਸਾਨੂੰ ਦਿੱਕਤ ਹੈ ਕਿ ਜਿਹੜਾ ਖਪਤਕਾਰ ਕਾਨੂੰਨ ਸਾਡਾ 1955 ਦੇ ਚੱਲਿਆ ਦਾ ਉਹਨੂੰ ਅੱਜ ਬੰਦ ਕਰਨ 'ਚ ਮੋਦੀ ਕਰਦਾ ਇਸ ਕਰਕੇ ਅਸੀਂ ਤਿੰਨੇ ਆਰਡੀਨੈਂਸ ਬਿਜਲੀ ਸੋਧ ਬਿੱਲ ਜਿਹੜਾ ਦੇਸ਼ ਲਈ ਸਭ ਤੋਂ ਖਤਰਨਾਕ ਹੈ ਉਹ ਬਿਜਲੀ ਸੋਧ ਬਿੱਲ ਵੀ ਅਸੀਂ ਜਿਹੜਾ ਚਾਹੁੰਦੇ ਵੀ ਬਾਅਦ